ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਬਾਬੇ ਤੁਹਾਡਾ ਸਾਰਿਆਂ ਦਾ? ਤੇ ਅੱਜ ਆਪਾਂ ਬਹੁਤ ਦਿਨਾਂ ਬਾਅਦ ਤੋਂ ਬਲੌਗ ਕਰਿਆ ਸਟਾਰਟ, ਤੇ ਅੱਜ ਚੱਲੇ ਆਪਾਂ ਸੁਖਦੀਪ ਲਵੇ, ਆਪਣੇ ਮਾਮੇ ਦਾ ਮੁੰਡਾ ਹੈਗਾ, ਤੇ ਉਹਦਾ ਹੈਗਾ ਅੱਜ ਜਨਮ ਦਿਨ। ਉਹਨੂੰ ਬਿਨਾਂ ਦੱਸੇ ਆਪਾਂ ਅੱਜ ਉਹਦੇ ਲਵੇ ਚੱਲੇ ਹਾਂ, ਤੇ ਮੈਂ ਸੋਨਾ ਤੇ ਕਾਸੂ ਬਰਨਾਲੇ ਪਹੁੰਚ ਗਏ। ਬਰਨਾਲੇ ਵੱਲ ਲੈਂਦੇ ਹਾਂ ਕੇਕ, ਤੇ ਕੇਕ ਕੂਕ ਲੈ ਕੇ ਉਹਨੂੰ ਮਿਲਦੇ ਹਾਂ, ਗਾਹਾਂ ਦਿਖਾਉਂਦੇ ਹਾਂ ਵੀ ਉਹਨੂੰ ਫੋਨ ਇਹੋ ਜਿਹਾ ਲਾਇਆ ਨਹੀਂ ਹੈਗਾ, ਤੇ ਫੋਨ ਲਾ ਕੇ ਦੇਖਦੇ ਹਾਂਗੇ। ਇੱਕ ਮਿੰਟ ਫੋਨ ਲਾ ਲਈਏ। ਸੁਖਦੀਪ ਢਿੱਲੋਂ ਹੁਣ ਹਜੇ ਤੱਕ ਉਹਨੇ ਚੱਕਿਆ ਨੀ ਹੈਗਾ, ਤੇ ਫਿਰ ਦੇਖ ਆਪਾਂ ਨਹੀਂ ਘਰੇ ਲਾ ਕੇ ਪੁੱਛਾਂਗੇ ਮਾਮੇ ਹੁਣੇ ਨੂੰ ਵੀ ਕਿੱਥੇ ਹੈਗਾ ਉਹ, ਕਿਸੇ ਪਾਸੇ ਗਿਆ ਤਾਂ ਨੀ ਪਿਆ। ਵੈਸੇ ਆਪਾਂ ਆ ਗਏ, ਹੁਣ ਦੇਖਦੇ ਕੀ ਬਣਦਾ ਅੱਗੇ। ਲਓ ਬਾਬੇ, ਉਹਦਾ ਫੋਨ ਚੱਕ ਲਿਆ ਸੀ, ਗੱਲ ਹੋ ਗਈ, ਤੇ ਉਹਨੂੰ ਹੁਣ ਮਿਲਦੇ ਹਾਂ ਆਪਾਂ। ਜਾ ਕੇ ਉਹਨੂੰ ਕਹਿ ਦਿੱਤਾ ਵੀ ਤੈਨੂੰ ਮਿਲਣ ਆਉਣਾ ਵੈਸੇ ਹੂੰ, ਤੇ ਜਾ ਕੇ ਕਈ ਕੁੱਕ ਲੈ ਕੇ ਸਰਪ੍ਰਾਈਜ਼ ਦਿੰਦਾ, ਦੇਖਾਂਗੇ ਉਹਦਾ ਰਿਐਕਸ਼ਨ ਕੀ ਹੁੰਦੇ ਆ। ਫਿਰ ਦੱਬੀ ਜਾਂਦਾ ਕੰਮ ਸੋਨਾ, ਕਹਿੰਦਾ 100 ਦੇ ਲਵੇ ਆ, ਕਹਿੰਦੇ 100 ਪਾਰ ਵੀ ਕਰ ਦਿੰਦਾ। ਹੌਲੀ ਚਲਾਇਆ ਕਰੋ ਭਾਈ, ਇਹਦਾ ਸਾਡਾ ਬੰਦਾ ਹੈਗਾ ਹੀ ਐਸਾ ਗਾ, ਇਹਨੇ ਕਹਿੰਦਾ ਇੱਥੋਂ ਛੂਈ 80 ਤੋਂ ਤਾਂ ਥੱਲੇ ਕਰੀ ਨਹੀਂ ਕਦੇ, ਬਸ ਆਕਣ ਵਾਲੀ 80 ਤੋਂ ਹੁੰਦੀ ਹੈਗੀ ਵੀ ਉਦੋਂ ਪਿੰਡਾਂ ਮੁੰਡਾ ਮਾੜਾ ਮੋਟਾ ਰੋਡ 'ਤੇ ਤਾਂ ਫੁੱਲ ਹੀ ਰੱਖਦਾ ਹੈ। ਇਹਨੂੰ ਮਾੜਾ ਮੋਟਾ ਕਮੈਂਟ ਕਰਕੇ ਕਹੋ ਵੀ ਭਾਈ ਹੌਲੀ ਚਲਾਇਆ ਕਰ ਗੱਡੀ। ਕਿੰਨੇ ਕੁ ਵਾਰੀ ਆਇਆ ਤੂੰ? ਫਿਰ ਮੈਂ ਵੀ ਤੈਨੂੰ ਆਉਣਾ, ਤੂੰ ਆਪ ਛੱਡਦਾ ਹੀ ਨਹੀਂ ਹੈਗਾ, ਤੇ ਉਹ ਨਾਲ ਵੀ ਆ ਜਾ। ਹੋਰ ਹੁਣ ਚੱਲ ਐਂ ਤਾਂ ਹੈਗਾ ਸੀ, ਹੁਣ ਰੋਜ਼ ਹੀ ਹੁੰਦਾ। ਕਿੰਨਾ ਸੀ? 18 ਕਿਲੋਮੀਟਰ ਹੀ ਸੀ। ਪੱਕੀ ਗੱਲ? ਠੀਕ ਆ, ਚੱਲ ਕੋਈ ਨਾ, ਫੇਰ ਆਏ ਕਦੇ ਫੇਰ ਸਿਆ। ਹਾਂ ਚੱਲ ਠੀਕ ਆ, ਚੱਲ ਕੋਈ ਨਾ, ਫਿਰ ਅੱਗੇ ਅਗਲੇ ਹੰਡੇ ਚੱਲਾਂਗੇ ਇਕੱਠੇ। ਠੀਕ ਆ, ਚੱਲ ਚੰਗਾ। ਆਪਾਂ ਕੇਕ ਵੀ ਲੈ ਲਿਆ, ਖਾਣ ਨੂੰ ਵੀ ਲੈ ਲਿਆ, ਅਤੇ ਉਹਨੂੰ ਆਪਾਂ ਕਹਿਤਾ, ਪਹਿਲਾਂ ਕਿਹਾ ਸੀ ਵੀ ਆਉਂਦੇ ਹਾਂ, ਅਤੇ ਹੁਣ ਕਹਿਤਾ ਮੌਕੇ 'ਤੇ ਵੀ ਆਉਂਦੇ ਨਹੀਂ ਹੈਗੇ, ਅਤੇ ਜਾ ਕੇ ਹੁਣ ਸਰਪ੍ਰਾਈਜ਼ ਹੀ ਦੇਣਾ ਗੇਟਾਂ 'ਚ ਦੇਣਾ। ਗੱਡੀ 'ਚ ਲਾ ਲਓ ਜੀ। ਹੈਂ, ਇਹ ਬੰਦਾ ਇਹੋ ਜਿਹਾ, ਸਾਡਾ ਗੱਡੀ ਚਲਾਉਣ ਲਈ ਜ਼ਮੀਨ ਹੀ ਮੰਨਦਾ। ਇੱਧਰ ਨਹੀਂ ਆਉਂਦਾ ਯਾਰ, ਤੂੰ ਰਾਮੇ ਨੂੰ ਲੈ ਕੇ ਇੱਧਰ ਨਹੀਂ ਆ ਜਾ, ਕੱਟ ਦਾ। ਕਿੱਧਰ ਆ? ਮੋਟਰ ਸਾਈਕਲ ਨਹੀਂ ਹੈਗਾ? ਚੱਲ ਮੈਂ ਮਜ਼ਾਕ ਕਰਦਾ, ਮਜ਼ਾਕ ਕਿਉਂ? ਮੈਂ ਪਿੰਡ ਹੀ ਹਾਂ ਨਾ, ਤੇਰੇ ਪਿੰਡਾਂ ਨਾ ਮੈਂ ਆਪਦੇ ਪਿੰਡਾਂ। ਤੈਨੂੰ ਕਿਹਾ ਵੀ ਆ ਜਾ ਮਿਲ, ਤੂੰ ਆਪ ਸਾਲੇ ਆਉਣਾ ਹੈ ਕਾਹਦੀ? ਭੇਜ ਦਿੰਦਾ ਕਰੰਟ ਲੋਕੇਸ਼ਨ ਤਾਂ ਮੇਰੀ। ਰਮਣਾ ਤਾਂ ਖੜਾ ਨੀ ਤੇਰੇ ਲਵੇ, ਤੂੰ ਇਕੱਲਾ ਹੀ ਖੜਾ ਬਾਹਰ ਆ। ਹੈਲੋ, ਕਿਵੇਂ, ਕਿੱਥੇ ਖੜਾ? ਨਾਲ ਦੇਖਾਂ, ਜਿਹਦਾ ਹੈ ਨੀ ਮੈਨੂੰ ਨਹੀਂ। ਤੇਰੇ ਕੁੜਤਾ ਪਜਾਮਾ ਨੀ ਪਾਇਆ ਮੈਂ, ਤੂੰ ਐਂ ਦੱਸ। ਮੈਂ ਤੋ ਕੋਈ ਹੋਰ ਨਾ, ਇਹ ਕੁੜਤਾ ਪਜਾਮਾ ਤੇਰੇ ਪਾਇਆ ਪਿਆ, ਦੱਸ ਕਿ ਪਾਇਆ ਪਿਆ ਕਿ ਨਹੀਂ ਪਾਇਆ ਪਿਆ। ਤੇਰਾ ਕੁੜਤੇ ਪਜਾਮੇ ਦਾ ਕਿਹੜਾ ਖੜਾ ਹੈਗਾ? ਓ ਯਾਰ ਭਰਾਵਾ, ਕੁੜਤਾ ਪਜਾਮਾ ਪਾਇਆ ਪਿਆ, ਤੈਨੂੰ ਦੱਸ ਮੇਰੇ ਤੇ ਯਕੀਨ ਹੈਗਾ ਕਿ ਨਹੀਂ? ਫਿਰ ਕਿਉਂ ਮਾਈ ਚ ਮਾਰੀ ਜਾਂਦਾ? ਤੈਨੂੰ ਪਤਾ ਤਾਂ ਹੈਗਾ ਮੇਰਾ, ਤੈਨੂੰ ਪਤਾ ਤਾਂ ਹੈਗਾ ਮੇਰਾ। ਹੈਲੋ, ਕਰੰਟ ਲੱਗੇ ਹੋਏ ਦੱਸ, ਤੈਨੂੰ ਮੇਰੇ ਤੇ ਯਕੀਨ ਤਾਂ ਹੈ ਨੀ ਯਾਰ। ਫਿਰ ਮੈਨੂੰ ਤਾਂ ਹੈਗਾ ਤੇਰੇ ਤੇ, ਤੂੰ ਤੂੰ ਮੈਨੂੰ ਪੁੱਛਿਆ ਵੀ ਤੈਨੂੰ ਮੇਰੇ ਤੇ ਹੈਗਾ, ਮੈਂ ਤੈਨੂੰ ਕਿਹਾ ਵੀ ਮੈਂ ਤਾਂ ਕਹਿਣਾ ਵੀ ਹੈਗਾ ਮੈਨੂੰ ਤੇਰੇ ਤੇ ਯਕੀਨ।
ਵੇ ਤੇ ਤੀਜੀ ਜੇ ਦੌੜੀ ਜੀ ਤੂੰ ਦੂਜੀ ਦੂਜੀ ਤੇ ਖੜਾ ਸੀ ਲਾ ਹਾਂ ਮੇਰੀ ਹੁਣ ਤੇਵਾਰੇ ਦੇ ਕੀ ਕਰਦਾ ਸੀ ਮੈਂ ਤੈਨੂੰ ਕੀ ਕਹਿਣਾ ਤੂੰ ਆਪ ਕਿਹਾ ਫਿਰ ਤੈਨੂੰ ਮੈਂ ਕਿਹਾ ਵੀ ਕਿਉਂ ਮਾਗੇ ਤੇ ਮਾਰਿਆ ਤੈਨੂੰ ਪਤਾ ਤਾਂ ਹੈਗਾ ਮੇਰਾ ਹੈ ਕਿਵੇਂ ਖਾਧਾ ਹੋਇਆ ਰੋਟੀ ਵੀ ਨੀ ਖਾਧੀ ਚਾਹੀ ਪੀਤੀ ਆ ਬਸ ਥੋੜੀ ਜਿਹੀ ਸਵੇਰੇ ਹੈਗਾ ਕਿੱਥੇ ਤੂੰ ਹਾਂ ਬੀਕਾਨੇਰ ਆਈ ਆ ਫਿਰ ਦੇਖ ਲਾ ਮਰ ਜੀ ਆ ਯਾਰ ਮਹਾਜ ਮੁੰਡੇ ਦਾ ਜਨਮ ਦਿਨ ਆ ਫੁੱਦੂ ਲਾ ਦੀਏ ਹੋਰ ਹੁਣ ਫਿਰ ਕੀ ਕਰੀਏ ਹੈਪੀ ਬਰਥਡੇ ਹਾਂ ਨਾਲ ਦੀ ਨਾਲ ਮਜ਼ਾਕ ਵੀ ਸਿਆ ਹੈ ਕਿਵੇਂ ਵਾ ਪਹੁੰਚਣ ਵਾਲਾ ਪਤਾ ਨੀ ਯਾਰ ਮੈਨੂੰ ਤਾਂ ਕੰਮ ਸੀ ਵਾ ਮੇਰੀ ਗੱਲ ਤਾਂ ਸੁਣ ਹੁਣ ਐ ਦੱਸ ਬੁੜੀ ਟੰਬਾ ਚੱਕੀ ਜਾਂਦੀ ਨੀ ਕੋਈ ਗੁਆਂਢੀਆਂ ਦੀ ਜਾਂਦੀ ਆ ਕੁੱਤਾ ਭੈਣ ਦੇਣੇ ਦਿਓ ਗੇਟ ਤਾਂ ਖੋਲ ਦੋ ਕੁੱਤੇ ਹੋ ਕਿੱਥੇ ਆ ਭੈਣ ਦਾ ਜਰਾ ਹਰਾ ਰੰਗ ਕਰਕੇ ਭੁੱਲ ਗਿਆ ਮੈਂ ਤੇਰੇ ਗੇਟਾਂ ਦੇ ਕਿਹੜਾ ਫੁੱਦੂ ਗੱਲਾਂ ਕਰੀ ਜਾਂਦਾ ਉਹਨਾਂ ਚੱਲ ਚੱਲ ਬਾਹਰ ਨਿਕਲ ਕੇ ਦੇਖ ਯਾਰ ਗੇਟਾਂ ਚ ਨਾ ਤੁਹਾਡੇ ਕੁਰਸੀ ਭੋ ਛੱਡੂ ਨੀਲਾ ਕਿੱਥੇ ਹਰਾ ਹੈ ਬੰਦਿਆਂ ਵਾਂਗੂ ਬਾਹਰ ਆ ਜਾ ਟਾਕੀ ਖੁੱਲੀ ਹੋਈ ਇਕੱਲੀ ਤੁਹਾਡੀ ਓਏ ਹੋਏ ਮਜ਼ਾਕ ਨਹੀਂ ਕਰਿਆ ਮੈਂ ਸੱਚੀ ਬਾਹਰ ਖੜਾ ਹੋਈ ਤਾਲੇ ਰਾਮਣੀ ਨਾਲ ਗੱਲ ਕਰਾ ਯਾਰ ਹੁਣ ਮੈਂ ਮੁੜ ਜਾ ਮੁੜ ਜੀ ਫਿਰ ਤੂੰ ਗੇਟਾਂ 'ਚ ਬਾਹਰ ਆ ਜਾ ਕਰੰਟ ਲੋਕੇਸ਼ਨ ਨਹੀਂ ਮਿਲਣੀ ਹੈਲੋ ਹੈਲੋ
ਆ ਸਿੱਧੀ ਹੋ ਗਈ ਹੈਲੋ ਆ ਦੇ ਭੈਣ ਦੇ ਨੇ ਆ ਗਿਆ ਇੱਕ ਮਿੰਟ ਆ ਜਾ ਇਧਰ ਨੂੰ ਤੁਰ ਕੇ ਔਰ ਔਰੇ ਆ ਜਾ ਇਹ ਨਾ ਉਧਰ ਨੂੰ ਹੈ बैठो ही तुसी लगे हैप्पी बर्थडे दा कह दो बर्थडे पार्टी है लवेट नहीं होने खवा के मुंह मारे नीली नीली हो गई जेब खा लिया हूं केक फिर देख रहे कान बंद हो गया नहीं मैं कटना आ दे ओ काट जा बचवा गया मेरे नहीं गया वो तो उत्ती आ कट ओए हले कलाने चल खा लिए हुन फिर डेढ़ दिए नु फतेहगढ़ साहब का बालन कट्ठा उत्थे लई सेवा ते सुन ने रुमाल भी नहीं लाही जाते ने कहना भी सेवा करनी है कहना भी अज सेवा का दिन से अज इधर केक कट्टण आ गए ते हुण जाके मिलदे एक मुंडे।